दुनिया भर दी ताजा अपडेट दे लई एक्शन पंजाब चैनल नु सब्सक्राइब करो ते क्लिक करो बेल आइकन ते। केंद्रीय सरकार वालों देशा विदेशा विच काफी समय तो रह रहे सिखा दी काली सूची विचों ना कढ़ने नरेंद्र मोदी अते अमित शाह दा बहुत ही शलाघायोग उपराला है। इस नाल पिछले कई सालों तो विदेशा विच रह रहे सिखा नू अपने वतन भारत विच आउण दा राह सुखाला हो जावेगा, क्योंकि हुण तक उन्हां सिखां विच काफी गिनती बुजुर्गां दी है। इन्हां शब्दां दा प्रगटावा सिख पंथ दे सिरमौर प्रचारक संत बाबा मनमोहन सिंह बारनवालिया ने पत्रकारां नाल गल्लबात दौरान कीता। इस मौके उन्हां नाल डेरा बाबा दीप सिंह दे मुख सेवादार संत बाबा प्रीतम सिंह, बाबा सुरिंदर सिंह, भाई अमरीक सिंह, भाई मलकीत सिंह समेत होर हाजिर सन। बाबा मनमोहन सिंह ने कहा कि सिखां दी काली सूची वाली लिस्ट नूं जल्दी तों जल्दी जारी भी कीता जावे, तां जो काफी समय तों विदेशां विच बैठे सिख अपने देश विच आउण लई काले हन, ओह अगली कागजी कारवाई ਨੂੰ ਅਮਲ ਵਿੱਚ ਲਿਆ ਕੇ ਦੇਸ਼ ਪਰਤਨ ਦੀ ਤਿਆਰੀ ਕਰਨ। ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ, ਇਹ ਸੈਂਟਰ ਸਰਕਾਰ ਵੱਲੋਂ, ਸੰਤ ਸਮਾਜ ਵੱਲੋਂ ਸੈਂਟਰ ਸਰਕਾਰ ਦੇ ਨਾਲ ਕੁਝ ਗੱਲਾਂ, ਉਹਨਾਂ ਦਾ ਕੁਝ ਧੰਨਵਾਦ ਤੇ ਕੁਝ ਉਹਨਾਂ ਨੂੰ ਬੇਨਤੀਆਂ। ਇਹਦੇ ਵਿੱਚ ਜੋ ਕਾਲੀ ਸੂਚੀ ਇਹਨਾਂ ਨੇ ਰਿਲੀਜ਼ ਕੀਤੀ ਹੈ, ਕਾਲੀ ਸੂਚੀ ਵਿੱਚੋਂ ਨਾਂ ਕੱਢੇ ਨੇ, ਉਹਦੇ ਵਿੱਚ ਇਹਨਾਂ ਦਾ ਧੰਨਵਾਦ ਕਰਨਾ। ਬਹੁਤ ਵਧੀਆ ਕੀਤਾ, ਵਿਦੇਸ਼ਾਂ 'ਚ ਜਾ ਕੇ ਦੇਖੀਦਾ, ਬਹੁਤ ਸਮੇਂ ਤੋਂ ਬਜ਼ੁਰਗ ਹੋ ਗਏ ਨੇ ਬੰਦੇ, ਜਿਹੜੇ ਉਡੀਕਦੇ ਨੇ, ਪਰ ਉਹਨਾਂ ਨੂੰ ਇਸ ਭਾਰਤ ਵਿੱਚ ਆਉਣ ਦੀ ਆਗਿਆ ਨਹੀਂ ਸੀ। ਉਹ ਇਹਨਾਂ ਨੇ ਜਿਹੜੀ ਕਾਲੀ ਸੂਚੀ ਹੈ ਉਹ ਖਤਮ ਕੀਤੀ ਹੈ, ਅਤੇ ਨਾਲ ਨਾਲ ਬੇਨਤੀ ਹੈ ਵੀ ਜਿਹੜੇ ਕਾਲੀ ਸੂਚੀ 'ਚੋਂ ਨਾਂ ਕੱਢੇ ਨੇ ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਜਾਵੇ, ਇਹ ਵੀ ਦੱਸਿਆ ਜਾਵੇ ਵੀ ਕਾਲੀ ਸੂਚੀ ਵਿੱਚ ਆਹ ਬੰਦਿਆਂ ਦੇ ਨਾਂ ਕੱਢੇ ਗਏ ਨੇ, ਤਾਂ ਕਿ ਉਹ ਬਿਲਕੁਲ ਠੀਕ ਠਾਕ ਚੰਗੀ ਤਰ੍ਹਾਂ ਭਾਰਤ ਆ ਸਕਣ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਖੁਲਵਾਉਣ ਦਾ ਕੰਮ ਕੀਤਾ ਹੈ, ਇਸ ਨਾਲ ਭਾਰਤ ਵਿੱਚ ਰਹਿਣ ਵਾਲੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ੍ਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਜਿਹੜਾ ਕਰਤਾਰਪੁਰ ਕੋਰੀਡੋਰ ਦਾ ਇਹਨਾਂ ਨੇ ਕੀਤਾ, ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ। ਅਸੀਂ ਸੰਤ ਸਮਾਜ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਅਤੇ ਨਾਲ ਬੇਨਤੀ ਕਰਦੇ ਹਾਂ ਕਿ ਜਿੰਨਾ ਜਲਦੀ ਹੋ ਸਕੇ ਜਿਹੜਾ ਰਹਿੰਦਾ ਕਾਰਜ ਉਹ ਕਰਕੇ, ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਸਿੱਖ ਨੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ, ਜੋ ਬੜੇ ਚਿਰਾਂ ਦੀ ਤਾਂਘ ਹੈ ਸਿੱਖਾਂ ਦੀ। ਇਹ ਬਹੁਤ ਵਧੀਆ ਕੰਮ ਹੈ ਅਤੇ ਜਲਦੀ ਤੋਂ ਜਲਦੀ ਹੋਣਾ ਚਾਹੀਦਾ। ਉਹਨਾਂ ਕਿਹਾ ਕਿ 1984 ਵਿੱਚ ਸਿੱਖ ਕਤਲੇਆਮ ਦੇ ਬੇਕਸੂਰ ਸਿੱਖਾਂ ਦੇ ਜਿਹੜੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿੱਤੀ ਹੈ, ਇਸ ਨਾਲ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਦਾ ਕੰਮ ਕੀਤਾ ਹੈ, ਅਤੇ ਜਿਹੜੇ ਹੋਰ ਵੀ ਦੋਸ਼ੀ ਜਗਦੀਸ਼ ਟਾਈਟਲਰ ਵਰਗੇ ਤੇ ਹੋਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇ ਕੇ ਸਿੱਖ ਕਤਲੇਆਮ ਦੇ ਪਰਿਵਾਰਾਂ ਨੂੰ ਸ਼ਾਂਤੀ ਮਿਲ ਸਕੇ। ਵੀ ਜਿਹੜੇ 1984 ਵਿੱਚ ਦੰਗੇ ਹੋਏ ਸੀ ਉਹਨਾਂ ਵਿੱਚੋਂ ਜਿਵੇਂ ਸੱਜਣ ਕੁਮਾਰ ਨੂੰ ਇਹਨਾਂ ਨੇ ਸਜ਼ਾ ਦਿੱਤੀ ਹੈ, ਜਿਹੜੀਆਂ ਪੁਰਾਣੀਆਂ ਫਾਈਲਾਂ ਪੁੱਟ ਕੇ ਜੋ ਦੱਬੀਆਂ ਹੋਈਆਂ ਸੀ ਪੁਰਾਣੀ ਕਾਂਗਰਸ ਸਰਕਾਰ ਵੇਲੇ ਦੀਆਂ, ਉਹ ਇਹਨਾਂ ਨੇ ਪੁੱਟ ਕੇ ਹੁਣ ਸੱਜਣ ਕੁਮਾਰ ਨੂੰ ਜਿਵੇਂ ਸਜ਼ਾ ਦਿੱਤੀ ਹੈ, ਜਗਦੀਸ਼ ਟਾਈਟਰ ਅਤੇ ਹੋਰ ਜਿਹੜੇ ਨਾਲ ਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਜਿਹੜੇ ਸਿੱਖਾਂ ਦੇ ਬਲੁੰਦਰੇ ਹਿਰਦੇ ਨੇ ਉਹਨਾਂ ਨੂੰ ਕੁਝ ਮਲਮ ਲੱਗ ਸਕੇ। ਪੁੱਛੇ ਸਵਾਲ ਤੇ ਭਾਈ ਬਾਰਨਵਾਲੀਆ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ, ਕਿਉਂਕਿ ਪੰਜਾਬੀ ਭਾਸ਼ਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਵਿਰਸੇ ਵਿੱਚ ਦਿੱਤੀ ਹੈ, ਜੇਕਰ ਗੁਰਦਾਸ ਮਾਨ ਮੰਨਦਾ ਹੈ ਕਿ ਗਲਤੀ ਹੋਈ ਹੈ ਤਾਂ ਉਸ ਨੂੰ ਪੰਜਾਬੀਆਂ ਤੋਂ ਮਾਫੀ ਮੰਗ ਕੇ ਮਾਮਲੇ ਨੂੰ ਸ਼ਾਂਤ ਕਰ ਲੈਣਾ ਚਾਹੀਦਾ ਹੈ, ਅਤੇ ਕਲਾਕਾਰਾਂ ਨੂੰ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ ਹੈ, ਕਿਉਂਕਿ ਪੰਜਾਬੀ ਮਾਂ ਬੋਲੀ ਤੋਂ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਮਣਾ ਘੱਟ ਰਹੇ ਹਨ। ਦੇਖੋ ਜਿਹੜੀ ਹਿੰਦੀ ਹੈ ਸਾਡੀ ਰਾਸ਼ਟਰੀ ਭਾਸ਼ਾ ਹੈ, ਪਰ ਜਿੱਥੇ ਤੱਕ ਸਾਡੀ ਮਾਤਰ ਭਾਸ਼ਾ ਸਾਡੀ ਪੰਜਾਬ ਦੀ ਪੰਜਾਬੀ ਹੈ, ਇਹ ਜਿਹੜੀ ਹੈ ਇਹਦੇ ਵਿਰੁੱਧ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ, ਅਤੇ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਸਾਡੇ ਗੁਰੂਆਂ ਨੇ ਸਾਨੂੰ ਵਿਰਸੇ ਵਿੱਚ ਦਿੱਤੀ ਹੋਈ ਹੈ, ਇਹਦੇ ਨਾਲ ਅਸੀਂ ਉਹਨਾਂ ਦੇ ਨਾਲ ਨਹੀਂ ਸਹਿਮਤ ਕਿ ਕੇਵਲ ਇੱਕੋ ਹੀ ਹੋਵੇ। ਅਸੀਂ ਇਹ ਚਾਹੁੰਦੇ ਹਾਂ ਜਿਹੜੀ ਪੰਜਾਬੀ ਹੈ ਉਹ ਸਾਡੀ ਉਸੇ ਤਰ੍ਹਾਂ ਪੰਜਾਬ ਵਿੱਚ ਲਾਗੂ ਹੋਣੀ ਚਾਹੀਦੀ ਹੈ, ਜਿਵੇਂ ਕੈਨੇਡਾ, ਸਿੰਗਾਪੁਰ, ਹੋਰ ਕਈ ਦੇਸ਼ਾਂ ਵਿੱਚ ਕਿਤੇ ਤੀਜੀ ਭਾਸ਼ਾ ਹੈ, ਕਿਤੇ ਦੂਜੀ ਭਾਸ਼ਾ ਹੈ। ਇਸ ਤਰ੍ਹਾਂ ਅਸੀਂ ਤਾਂ ਇਹ ਚਾਹੁੰਦੇ ਵੀ ਸਾਰੇ ਭਾਰਤ ਵਰਸ਼ ਵਿੱਚ ਹੀ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਘੱਟੋ ਘੱਟ ਦੂਜੀ ਲੈਂਗੁਏਜ ਕੀਤੀ ਜਾਵੇ। ਇਸ ਦੌਰਾਨ ਬਾਬਾ ਅਮਰੀਕ ਸਿੰਘ ਬੋਹੜਪੁਰ, ਬਾਬਾ ਭੁਪਿੰਦਰ ਸਿੰਘ ਪਟਿਆਲਾ ਅਤੇ ਬਾਬਾ ਸੁਰਿੰਦਰ ਸਿੰਘ ਫਰੀਦ ਵੱਲੋਂ ਵੀ ਕਰਤਾਰਪੁਰ ਲਾਂਘੇ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਰਾਜਪੁਰਾ ਤੋਂ ਦਿਆ ਸਿੰਘ ਦੀ ਰਿਪੋਰਟ, ਐਕਸ਼ਨ ਪੰਜਾਬ ਵੈਬ ਨਿਊਜ਼।
ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਐਕਸ਼ਨ ਪੰਜਾਬ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਤੇ ਨਾਲ ਹੀ ਫੋਲੋਇੰਗ ਦੇ ਆਪਸ਼ਨ ਤੇ ਜਾ ਕੇ ਸੀ ਫਸਟ ਕਰੋ। ਜੇਕਰ ਤੁਸੀਂ ਸਾਨੂੰ ਯੂਟਿਊਬ ਤੇ ਦੇਖ ਰਹੇ ਹੋ ਤਾਂ ਐਕਸ਼ਨ ਪੰਜਾਬ ਵੈਬ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਸਾਡੇ ਵੱਲੋਂ ਪਾਏ ਗਏ ਅਪਡੇਟਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ।